ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਨੂੰ ਕੀਤੇ ਗਏ 52 ਹੁਕਮਾਂ ਦੇ ਵਿੱਚੋਂ ਜੋ ਆਖਰੀ ਹੁਕਮ ਹੈ, 52ਵਾਂ ਹੁਕਮ ਹੈ, ਉਸ ਉੱਤੇ ਵਿਚਾਰ ਕਰਾਂਗੇ। ਗੁਰੂ ਜੀ ਆਪਣੇ ਆਖਰੀ ਹੁਕਮ ਦੇ ਵਿੱਚ ਸਾਨੂੰ ਆਦੇਸ਼ ਦਿੰਦੇ ਹਨ, ਹੁਕਮ ਕਰਦੇ ਹਨ ਕਿ ਲੰਗਰ ਪ੍ਰਸ਼ਾਦ ਇੱਕ ਰਸ ਵਰਤਾਉਣਾ। ਇਹ ਬੜੇ ਵੱਡੇ ਭਾਗਾਂ ਦੀ ਗੱਲ ਹੈ ਕਿ ਗੁਰੂ ਦੇ ਬਚਨ ਮਿੱਠੇ ਲੱਗਣ ਅਤੇ ਉਹਨਾਂ ਦਾ ਪਾਲਣ ਉਹ ਮਿੱਠ ਬੁੱਲ ਆਪ ਕਰਾਏ। ਇਹਨਾਂ ਬਚਨਾਂ ਦੀ ਲੜੀ ਵਿੱਚ ਪਹਿਲਾ ਹੁਕਮ ਕਿਰਤ ਸੰਬੰਧੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕਿਰਤ ਨੂੰ ਪ੍ਰਧਾਨਤਾ ਦਿੰਦੇ ਹਨ, ਪਰ ਇੱਕ ਬੜੀ ਵਿਚਾਰਸ਼ੀਲ ਗੱਲ ਹੈ ਕਿ ਜੇ ਪਹਿਲਾ ਬਚਨ ਕਿਰਤ ਦਾ ਹੈ ਤਾਂ ਅੰਤਲਾ ਬਚਨ ਲੰਗਰ ਪ੍ਰਸ਼ਾਦ ਇੱਕ ਰਸ ਵਰਤਾਉਣ ਦੇ ਸੰਬੰਧ ਵਿੱਚ ਹੈ। ਇਸ ਤੋਂ ਇੱਕ ਗੱਲ ਉਗੜ ਕੇ ਸਾਹਮਣੇ ਆਉਂਦੀ ਹੈ ਕਿ ਕਿਰਤ ਅਤੇ ਇੱਕ ਰਸ ਲੰਗਰ ਦੇ ਵਿੱਚ ਵੀ ਕੋਈ ਵਿਸ਼ੇਸ਼ ਅਤੇ ਪਵਿੱਤਰ ਸੰਬੰਧ ਜ਼ਰੂਰ ਹੈ। ਕਿਰਤ ਇੱਕ ਪਵਿੱਤਰ ਕਾਰਜ ਹੈ, ਦਸਾਂ ਨਹੁੰਆਂ ਦੀ ਕਿਰਤ ਦੀ ਇੱਕ ਮਹਾਨਤਾ ਹੈ। ਕਿਰਤ ਵਾਲਾ ਹਿਰਦਾ ਪਵਿੱਤਰ ਪਿਰਤ ਵਾਲਾ ਹੋਵੇਗਾ ਅਤੇ ਇੱਕ ਰਸ ਲੰਗਰ ਵਰਤਾਉਣਾ ਵੀ ਇੱਕ ਪਵਿੱਤਰ ਦੈਵੀ ਗੁਣ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਜਦ ਭਾਈ ਲਾਲੋ ਜੀ ਕੋਲ ਜਾ ਕੇ ਟਿਕੇ ਤਾਂ ਉਹਨਾਂ ਉਹੀ ਲੰਗਰ ਖਾਧਾ ਜਿਹੜਾ ਕਿ ਭਾਈ ਲਾਲੋ ਜੀ ਨੇ ਗੁਰੂ ਅਮਰਦਾਸ ਜੀ ਦੇ ਲੰਗਰ ਵਿੱਚ ਜੋ ਗੁਰੂ ਰਾਮਦਾਸ ਜੀ ਨੇ ਖਾਧਾ ਉਹੀ ਬਾਦਸ਼ਾਹ ਅਕਬਰ ਨੇ ਖਾਇਆ। ਗੁਰੂ ਅਰਜਨ ਦੇਵ ਜੀ ਮਹਾਰਾਜ ਸਭ ਸੰਗਤ ਦੇ ਨਾਲ ਉਹੀ ਲੰਗਰ ਛਕਦੇ ਸਨ ਜੋ ਹਰ ਪ੍ਰਾਣੀ ਛਕਦਾ ਸੀ। ਗੁਰੂ ਹਰਿ ਰਾਇ ਮਹਾਰਾਜ ਜੀ ਵਾਸਤੇ ਕੋਈ ਵੱਖਰੀ ਵਸਤ ਨਹੀਂ ਸੀ ਬਣਦੀ ਹੁੰਦੀ, ਉਹ ਸਭ ਤੋਂ ਅਖੀਰ ਵਿੱਚ ਸਾਰੀ ਸੰਗਤ ਨੂੰ ਛਕਾ ਕੇ ਲੰਗਰ ਛਕਿਆ ਕਰਦੇ ਸਨ। ਜੇ ਸ਼੍ਰੀ ਗੁਰੂ ਹਰਿ ਰਾਇ ਜੀ ਕਿਸੇ ਸਿੱਖ ਦੇ ਸ਼ਿਕਾਇਤ ਕੀਤੀ ਕਿ ਲੰਗਰ ਵਿੱਚ ਸੇਵਾ ਕਰਦੇ ਗੁਰਸਿੱਖ ਨੇ ਇੱਕ ਪੰਗਤ ਨੂੰ ਪਰੌਂਠੇ ਅਤੇ ਇੱਕ ਪੰਗਤ ਨੂੰ ਮਿੱਸੇ ਪ੍ਰਸ਼ਾਦੇ ਵਰਤਾਏ ਹਨ, ਤਦ ਆਪ ਜੀ ਨੇ ਸੁਚੇਤ ਕੀਤਾ ਕਿ ਲੰਗਰ ਕਾਣਾ ਨਹੀਂ ਕਰਨਾ। ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਭ ਇੱਕੋ ਪੰਗਤ ਵਿੱਚ ਇੱਕੋ ਜਿਹਾ ਇੱਕ ਰਸ ਲੰਗਰ ਛਕਦੇ ਸਨ। ਇਹ ਬਖਸ਼ਿਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਸਿੱਖਾਂ ਨੂੰ ਕੀਤੀ ਹੈ ਕਿ ਲੰਗਰ ਪ੍ਰਸ਼ਾਦ ਇੱਕ ਰਸ ਵਰਤਾਉਣਾ, ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ ਕਰਨਾ। ਅਕਾਲ ਪੁਰਖ ਦਾ ਸੁਭਾਅ ਹੈ ਕਿ ਉਸਨੇ ਸਾਰੀਆਂ ਦਾਤਾਂ ਸਭਨਾਂ ਨੂੰ ਇੱਕੋ ਜਿਹੀਆਂ ਦਿੱਤੀਆਂ ਹਨ, ਜਾਤਾਂ ਵਰਨ ਆਦਿ ਸਗੋਂ ਅਸੀਂ ਬਣਾਏ ਹੈ। ਉਸਨੇ ਸਭ ਨੂੰ ਇੱਕੋ ਜਿਹੇ ਹੱਥ ਪੈਰ ਕੰਨ ਜੀਵ ਅਤੇ ਸਰੀਰ ਪ੍ਰਦਾਨ ਕੀਤੇ। ਉਸਦੀ ਮਿਹਰ ਦਾ ਮੀਂਹ ਉੱਚੇ ਨੀਵੇਂ ਥਾਂ ਟੋਇਆਂ ਟਿੱਬਿਆਂ 'ਤੇ ਇੱਕੋ ਜਿਹਾ ਵਰਸਦਾ ਹੈ। ਉਸਦੇ ਸੂਰਜ ਦਾ ਨਿੱਘ ਅਤੇ ਉਸਦੀ ਊਰਜਾ ਸਭਨਾ ਵਾਸਤੇ ਇੱਕ ਸਾਹੀ ਹੈ। ਉਸ ਦੁਆਰਾ ਦਿੱਤੀ ਹੋਈ ਜੀਵਨਦਾਤੀ ਹਵਾ ਸਭ ਜੀਵ ਜੰਤਾਂ ਲਈ ਇੱਕੋ ਜਿਹੀ ਹੈ। ਉਸ ਦਾ ਦਿੱਤਾ ਹੋਇਆ ਪਵਿੱਤਰ ਸ਼ੀਤਲ ਜਲ ਸਭਨਾਂ ਨੂੰ ਜੀਵਨ ਦਾਨ ਦਿੰਦਾ। ਉਸਨੇ ਧਨ ਅਤੇ ਕੀਮਤੀ ਵਸਤਾਂ ਸਭਨਾਂ ਵਾਸਤੇ ਬਣਾਈਆਂ ਹਨ, ਉਸ ਵਿੱਚ ਕੋਈ ਕਲਾਸਾਂ ਨਹੀਂ ਬਣਾਈਆਂ, ਵਿਤਕਰਾ ਨਹੀਂ ਕੀਤਾ, ਸਭ 'ਤੇ ਇੱਕੋ ਜਿਹਾ ਮਿਹਰਬਾਨ ਹੈ। ਇਹੀ ਸੁਭਾਅ ਗੁਰੂ ਪਾਤਸ਼ਾਹ ਗੁਰਸਿੱਖ ਵਿੱਚ ਪਾਉਣਾ ਚਾਹੁੰਦੇ ਹਨ ਕਿ ਜੇ ਇਸ ਦੇ ਹੱਥ ਕੜਛਾ ਆ ਜਾਏ ਤਾਂ ਇਹ ਵੀ ਇੱਕ ਰਸ ਵਰਤਾਏ, ਵਿਤਕਰਾ ਨਾ ਕਰੇ। ਗੁਰੂ ਦੇ ਸਿੱਖ ਹੱਥ ਜੇ ਕਿਧਰੇ ਰਾਜ ਦੀ ਬਾਗਡੋਰ ਵੀ ਆ ਜਾਏ ਤਾਂ ਉਹ ਉਸ ਵਿੱਚ ਤਫਰਕੇ ਨਹੀਂ ਪਾਏਗਾ।
ਸਭ ਸਹੂਲਤਾਂ ਸਭਨਾਂ ਨੂੰ ਇੱਕੋ ਜੀਆਂ ਵੰਡੇਗਾ। ਵਾਹਿਗੁਰੂ ਬਾਪ ਦੀ ਨਿਆਈ ਹੈ, ਸਭਨਾਂ ਦਾ ਮਾਂ ਪਿਓ ਹਰ ਜੀ ਉਹ ਆਪ ਹੀ ਹੈ। ਇਹ ਦੇਣ ਲੱਗਿਆਂ ਫਰਕ ਨਹੀਂ ਪਾਉਂਦਾ ਅਤੇ ਉਹ ਖੁੱਲ ਦਿਲਾ ਦਾਤਾ ਹੈ, ਦੇ ਕੇ ਪਛਤਾਉਂਦਾ ਵੀ ਨਹੀਂ। ਇਹ ਪਿਤਾ ਵਾਂਗੂ ਮੂੰਹ ਮੰਗੀਆਂ ਵਸਤਾਂ ਸਾਨੂੰ ਬਖਸ਼ਦਾ ਹੈ, ਢਿੱਲ ਨਹੀਂ ਕਰਦਾ, ਆਲਸ ਵੀ ਨਹੀਂ ਕਰਦਾ, ਥੱਕਦਾ ਵੀ ਨਹੀਂ। ਅਸੀਂ ਲੈਣ ਵਾਲੇ ਥੱਕ ਜਾਂਦੇ ਹਾਂ, ਪਿਤਾ ਕਿਰਪਾਲ ਆਗਿਆ ਇਹ ਕਿੰਨੀ ਬਾਰਕ, ਮੁੱਖ ਮੰਗੇ ਸੋ ਦੇਨਾ। ਨਾਨਕ ਬਾਰਕ ਦਰਸ ਪ੍ਰਵਚਾ ਹੈ, ਮੂੰਹ ਹਿਰਦੈ ਬਸੈ ਨਿਤ ਚਰਨਾ, ਦਿੰਦਾ ਦੇ ਲੈਂਦੇ ਥੱਕ ਪਾਏ। ਉਹ ਪਰਮਾਤਮਾ ਦਿੰਦਾ ਨਹੀਂ ਥੱਕਦਾ, ਪਰ ਅਸੀਂ ਲੈਂਦੇ ਲੈਂਦੇ ਥੱਕ ਜਾਂਦੇ ਹਾਂ। ਫਿਰ ਪਤਾ ਨਹੀਂ ਇਹ ਕਿਸ ਤਰ੍ਹਾਂ ਹੋ ਜਾਂਦਾ ਕਿ ਅਸੀਂ ਦਾਤਾਂ ਲੈ ਕੇ ਉਸਨੂੰ ਭੁੱਲ ਜਾਂਦੇ ਹਾਂ। ਦਾਤ ਪਿਆਰੀ ਵਿਸਰਿਆ ਦਾਤਾਰ, ਉਹੀ ਕਿਰਪਾ ਕਰੇ ਸਾਨੂੰ ਕਦੀ ਨਾ ਭੁੱਲੇ ਅਤੇ ਅਸਾਂ ਸਦਾ ਹੀ ਉਸਦੇ ਅੱਗੇ ਸ਼ੁਕਰ ਵਿੱਚ ਨਤਮਸਤਕ ਰਹੀਏ। ਦੁਨਿਆਵੀ ਤੌਰ 'ਤੇ ਮਨੁੱਖ ਦੀ ਵਡਿਆਈ ਪੈਸੇ ਨਾਲ ਨਾਪੀ ਜਾਂਦੀ ਹੈ। ਜਿਸਦੇ ਕੋਲ ਜਿਤਨੀ ਵੱਡੀ ਜਾਇਦਾਦ ਉਤਨਾ ਵੱਡਾ ਉਹ ਮਨੁੱਖ, ਜਿਤਨਾ ਧਨ ਦੌਲਤ ਅਤੇ ਉਸਦਾ ਪਸਾਰਾ ਉਤਨੀ ਵੱਡੀ ਉਸਦੀ ਸ਼ਖਸੀਅਤ। ਅਸੀਂ ਇਹ ਕਹਿਣ ਲੱਗਿਆਂ ਬਿਲਕੁਲ ਨਹੀਂ ਝਿਜਕਦੇ ਜਿਸ ਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ, ਪਰ ਵਾਹਿਗੁਰੂ ਦੀ ਨਿਆਈ ਵਡਿਆਈ ਉਸਦੀਆਂ ਦਾਤਾਂ ਕਾਰਨ ਤਾਂ ਹੀ ਹੈ, ਪਰ ਉਸਦੀ ਵੱਡੀ ਵਡਿਆਈ ਇਸ ਕਾਰਨ ਹੈ ਕਿ ਉਹ ਉਹਨਾਂ ਦਾਤਾਂ ਨੂੰ ਅੱਗੋਂ ਸਾਡੇ ਵਿੱਚ ਵੰਡਦਾ ਅਤੇ ਇੱਕ ਰਸ ਵੰਡਦਾ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਹੇ। ਉਹ ਪਾਲਦਾ ਹੈ, ਪ੍ਰਿਤਪਾਲਕ ਹੈ, ਪ੍ਰੀਤ ਨਾਲ ਪਾਲਦਾ ਹੈ, ਇਹ ਸਾਰਿਆਂ ਜੀਆਂ ਨੂੰ ਇੱਕੋ ਜਿਹਾ ਰਿਜਕ ਦਿੰਦਾ ਹੈ। ਮਨੁੱਖੀ ਮਨ ਵਿੱਚ ਇੱਕ ਅਜੀਬ ਜਿਹਾ ਜਜ਼ਬਾ ਕੰਮ ਕਰਦਾ ਹੈ ਕਿ ਜਦੋਂ ਇਹ ਕਿਸੇ ਕਿਸਮ ਦੀ ਸ਼ਕਤੀ ਜਾਂ ਵਡਿਆਈ ਪ੍ਰਾਪਤ ਕਰਕੇ ਆਪਣੇ ਭਾਈ ਪੰਥ ਅਤੇ ਟੱਬਰ ਪਾਲਣ ਲੱਗ ਪੈਂਦਾ, ਨਵਾਂ ਆਇਆ ਅਫਸਰ ਆਪਣੇ ਹੇਠਾਂ ਆਪਣੇ ਇਲਾਕੇ ਦੇ ਬੰਦੇ ਲਾਉਂਦਾ, ਵਿਭਾਗ ਦਾ ਨਵਾਂ ਲੱਗਾ ਮੰਤਰੀ ਆਪਣੇ ਪ੍ਰਾਂਤ ਦੇ ਬੰਦਿਆਂ ਨੂੰ ਆਪਣੇ ਦਫ਼ਤਰ ਵਿੱਚ ਭਰਤੀ ਕਰਦਾ, ਆਪਣੀ ਜਾਤ ਦੇ ਬੰਦੇ ਅੱਗੇ ਕਰਦਾ, ਆਪਣੇ ਇਲਾਕੇ ਦੀਆਂ ਸੜਕਾਂ ਵਧੀਆ ਬਣਾਉਂਦਾ ਅਤੇ ਹੋਰ ਸੁੱਖ ਸਹੂਲਤਾਂ ਆਪਣੇ ਇਲਾਕੇ ਅਤੇ ਆਪਣੇ ਬੰਦਿਆਂ ਨੂੰ ਪਹੁੰਚਾਉਂਦਾ ਤਾਂ ਕਿ ਉਸਦੀ ਕੁਰਸੀ ਪੱਕੀ ਹੋ ਸਕੇ। ਵਾਹਿਗੁਰੂ ਦਾ ਨੈਚਲ ਰਾਜ ਹੈ, ਉਸਨੂੰ ਕੁਰਸੀ ਦਾ ਕੋਈ ਡਰ ਨਹੀਂ ਹੈ, ਇਸੇ ਕਾਰਨ ਉਹ ਸਭ ਨੂੰ ਇੱਕੋ ਜਿਹਾ ਪਾਲਦਾ ਹੈ। ਵਾਹਿਗੁਰੂ ਕਾਣੀ ਵੰਡ ਨਹੀਂ ਕਰਦਾ, ਕਿਧਰੇ ਊਣਾ ਕਿਧਰੇ ਸਵਾਇਆ ਨਹੀਂ, ਸਗੋਂ ਇੱਕੋ ਜਿਹਾ ਦਿੰਦਾ ਹੈ। ਇਹ ਅਸੀਂ ਹੀ ਹਾਂ ਜਿਨ੍ਹਾਂ ਨੇ ਬੰਨੀਆਂ ਪਾਈਆਂ ਹੋਈਆਂ ਹਨ, ਬਣਿਆ ਕੀ ਸੀ ਅਸੀਂ ਬਣਾ ਕੀ ਲਿਆ, ਪ੍ਰਤਪਾਲਾ ਪਿਆਓ ਦੇ ਕੱਚ ਊਨ ਨਾ ਹੋਈ, ਸਾ ਸਾ ਸੰਭਾਲਤਾ ਮੇਰਾ ਪ੍ਰਭ ਸੋਈ। ਇਹ ਪਵਿੱਤਰ ਬਾਤ ਹੈ ਤਾਂ ਸ਼ਬਦ ਸੰਬੰਧੀ, ਪਰ ਗੁਰੂਦੇਵ ਸ਼ਬਦ ਦੀ ਖੁਸ਼ਬੂ ਸਾਡੀਆਂ ਜ਼ਿੰਦਗੀਆਂ ਵਿੱਚ ਵੀ ਬਖਸ਼ਿਸ਼ ਕਰਦੇ ਹਨ। ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧੋ ਜਾਈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹੀ ਸ਼ੁਭ ਗੁਣ ਗੁਰਸਿੱਖਾਂ ਵਿੱਚ ਵੇਖਣਾ ਚਾਹੁੰਦੇ ਹਨ ਅਤੇ ਹੁਕਮ ਕਰਦੇ ਹਨ ਕਿ ਲੰਗਰ ਪ੍ਰਸ਼ਾਦਾ ਇੱਕ ਰਸ ਵਰਤਾਉਣਾ। ਆਓ ਆਪਾਂ 52 ਦੇ 52 ਹੁਕਮ ਇੱਕ ਵਾਰ ਦੁਬਾਰਾ ਯਾਦ ਕਰੀਏ। ਪਹਿਲੇ ਹੁਕਮ ਦੇ ਵਿੱਚ ਸਤਿਗੁਰੂ ਸਾਨੂੰ ਹੁਕਮ ਕਰਦੇ ਹਨ ਕਿਰਤ ਧਰਮ ਦੀ ਕਰਨੀ, ਦੂਜਾ ਹੁਕਮ ਦਸਵੰਧ ਦੇਣਾ, ਤੀਜਾ ਹੁਕਮ ਗੁਰਬਾਣੀ ਕੰਠ ਕਰਨੀ, ਚੌਥਾ ਜਾਗਣਾ ਅੰਮ੍ਰਿਤ ਵੇਲੇ,
ਪੰਜਵਾਂ ਸੇਵਾ ਰੁਚੀ ਨਾਲ ਸਿੱਖ ਸੇਵਕ ਦੀ ਕਰਨੀ। ਛੇਵਾਂ ਗੁਰਬਾਣੀ ਦੇ ਅਰਥ ਪੜ੍ਹਨੇ ਗੁਰੂ ਘਰ ਦੇ ਵਿਦਵਾਨ ਸਿੱਖਾਂ ਪਾਸੋਂ। ਸੱਤਵਾਂ ਹੁਕਮ ਰਹਿਤ ਪੰਜਾਂ ਕਕਾਰਾਂ ਦੀ ਦ੍ਰਿੜ ਰੱਖਣੀ। ਅੱਠਵਾਂ ਸਤਸੰਗ ਜਾਂ ਸ਼ਬਦ ਦਾ ਅਭਿਆਸ ਕਰਨਾ। ਨੌਵਾਂ ਧਿਆਨ ਸਤ ਸਰੂਪ ਵਾਹਿਗੁਰੂ ਦਾ ਕਰਨਾ। ਦਸਵਾਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ। ਗਿਆਰਵਾਂ ਅਰਦਾਸ ਸਭ ਕਾਰਜਾਂ ਦੇ ਆਰੰਭ ਦੇ ਵਿੱਚ ਕਰਨੀ। ਬਾਰਵਾਂ ਕੜਾਹ ਪ੍ਰਸ਼ਾਦ ਤਿਹਾਵਲ। ਤੇਰਵਾਂ ਜਦੋਂ ਤੱਕ ਕੜਾਹ ਪ੍ਰਸ਼ਾਦ ਵਰਤਦਾ ਰਹੇ ਸਾਰੀ ਸੰਗਤ ਅਡੋਲ ਬੈਠੀ ਰਹੇ। ਚੌਦਵਾਂ ਹੁਕਮ ਵਿਆਹ ਆਨੰਦ ਬਿਨਾਂ ਗ੍ਰਹਿਸਥ ਨਹੀਂ ਕਰਨਾ। ਪੰਦਰਵਾਂ ਪਰ ਇਸਤਰੀ ਮਾਂ ਭੈਣ ਧੀ ਭੈਣ ਕਰਕੇ ਜਾਣਨੀ। ਸੋਲਵਾਂ ਇਸਤਰੀ ਦਾ ਮੂੰਹ ਕਦੇ ਵੀ ਨਹੀਂ ਫਿਟਕਾਰਨਾ। ਸਤਾਰਵਾਂ ਹੁਕਮ ਜਗਤ ਜੂਠ ਤੰਬਾਕੂ ਨੂੰ ਨਾ ਸੇਵਨ ਕਰਨਾ। ਅਠਾਰਵਾਂ ਹੁਕਮ ਰਹਿਤ ਵਾਣ ਅਤੇ ਨਾਮ ਜਪਣ ਵਾਲਿਆਂ ਗੁਰਸਿੱਖਾਂ ਦੀ ਸੰਗਤ ਕਰਨੀ। ਉੱਨੀਵਾਂ ਜਿਤਨੇ ਕੰਮ ਆਪਣੇ ਕਰਨ ਦੇ ਯੋਗ ਹੋਣ ਉਹਨਾਂ ਦੇ ਕਰਨ ਦੇ ਵਿੱਚ ਆਲਸ ਕਦੇ ਵੀ ਨਹੀਂ ਕਰਨੀ। ਵੀਹਵਾਂ ਹੁਕਮ ਗੁਰਬਾਣੀ ਦਾ ਕੀਰਤਨ ਅਤੇ ਕਥਾ ਰੋਜ਼ ਸੁਣਨਾ ਅਤੇ ਕਰਨਾ। ਇੱਕੀਵਾਂ ਹੁਕਮ ਕਿਸੇ ਦੀ ਨਿੰਦਾ ਚੁਗਲੀ ਅਤੇ ਈਰਖਾ ਨਹੀਂ ਕਰਨੀ। ਬਾਈਵਾਂ ਧਨ ਜਵਾਨੀ ਅਤੇ ਕੁੱਲ ਜਾਤ ਦਾ ਗਰਬ ਨਾ ਕਰਨਾ। ਤੇਈਵਾਂ ਹੁਕਮ ਮਤ ਉੱਚੀ ਅਤੇ ਸੁੱਚੀ ਰੱਖਣੀ। ਚੌਵੀਵਾਂ ਹੁਕਮ ਸ਼ੁਭ ਕਰਮਣ ਅਤੇ ਕਦੇ ਨਾ ਟਰਨਾ। ਪੱਚੀਵਾਂ ਬੁੱਧ ਬਲ ਦਾ ਦਾਤਾ ਇੱਕੋ ਇੱਕ ਵਾਹਿਗੁਰੂ ਹੈ। ਛੱਬੀਵਾਂ ਹੁਕਮ ਸੁਗੰਧ ਕਸਮ ਸਹੁੰ ਦੇ ਕਰ ਇਤਬਾਰ ਜਨਾਉਣ ਵਾਲੇ 'ਤੇ ਕਦੇ ਵੀ ਯਕੀਨ ਨਹੀਂ ਕਰਨਾ। ਸਤਾਈਵਾਂ ਹੁਕਮ ਸੁਤੰਤਰ ਵਿਚਰਨਾ ਆਜ਼ਾਦ ਵਿਚਰਨਾ। ਅਠਾਈਵਾਂ ਰਾਜਨੀਤੀ ਕਰਨੀ। ਉਨੱਤੀਵਾਂ ਹੁਕਮ ਸ਼ਤਰੂ ਨਾਲ ਸ਼ਾਮ ਦਾਮ ਭੇਦ ਆਦਿ ਕੋ ਪਾਓ ਵਰਤਣੇ, ਉਸ ਤੋਂ ਬਾਅਦ ਯੁੱਧ ਕਰਨਾ ਧਰਮ ਹੈ। ਤੀਵਾਂ ਹੁਕਮ ਸ਼ਸਤਰ ਵਿੱਦਿਆ ਅਤੇ ਘੋੜੇ ਦੀ ਸਵਾਰੀ ਦਾ ਅਭਿਆਸ ਕਰਨਾ। ਇਕੱਤੀਵਾਂ ਹੁਕਮ ਦੂਸਰੇ ਮਤਾਂ ਦੇ ਪੁਸਤਕ ਵਿੱਦਿਆ ਪੜ੍ਹਨੀ। ਬੱਤੀਵਾਂ ਹੁਕਮ ਕਰਮਾਂ ਵਿੱਚ ਖਚਤ ਕਰਮ ਕਾਂਡੀਆਂ ਦੇ ਉਪਦੇਸ਼ਾਂ ਵੱਲ ਧਿਆਨ ਨਹੀਂ ਦੇਣਾ। ਤੇਤੀਵਾਂ ਹੁਕਮ ਰਹਿਰਾਸ ਦਾ ਪਾਠ ਕਰਕੇ ਖੜ੍ਹੇ ਹੋ ਕੇ ਅਰਦਾਸ ਕਰਨੀ। ਚੌਂਤੀਵਾਂ ਹੁਕਮ ਸੈਨ ਕਾਲ ਸੋਹਿਲਾ ਪਵਨ ਗੁਰੂ ਪਾਣੀ ਪਿਤਾ ਦਾ ਸਲੋਕ ਜ਼ਰੂਰ ਪੜ੍ਹਨਾ ਰਾਤ ਸਮੇਂ। ਪੈਂਤੀਵਾਂ ਹੁਕਮ ਦਸਤਾਰ ਬਿਨਾਂ ਨਹੀਂ ਰਹਿਣਾ, ਕੇਸ ਨੰਗੇ ਕਦੇ ਵੀ ਨਹੀਂ ਰੱਖਣੇ। ਛੱਤੀਵਾਂ ਹੁਕਮ ਸਿੰਘਾਂ ਦਾ ਅੱਧਾ ਨਾਮ ਲੈ ਕੇ ਕਦੇ ਵੀ ਨਹੀਂ ਬੁਲਾਉਣਾ। ਸੈਂਤੀਵਾਂ ਹੁਕਮ ਸ਼ਰਾਬ ਨਹੀਂ ਸੇਵਣੀ, ਸ਼ਰਾਬ ਨਹੀਂ ਪੀਵਣੀ। ਅਠੱਤੀਵਾਂ ਹੁਕਮ ਭਾਦਨੀ ਨੂੰ ਕੰਨਿਆ ਨਹੀਂ ਦੇਣੀ। ਉਨਤਾਲੀਵਾਂ ਹੁਕਮ ਸਭ ਕਾਰਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਵਿੱਚ ਕਰਨੇ ਅਤੇ ਗੁਰਬਾਣੀ ਦੇ ਅਨੁਸਾਰ ਕਰਨੇ। ਚਾਲੀਵਾਂ ਹੁਕਮ ਚੁਗਲੀ ਕਰਕੇ ਕਿਸੇ ਦਾ ਵੀ ਕੰਮ ਨਹੀਂ ਵਿਗਾੜਨਾ। ਬਚਨ ਕੌੜਾ ਨਹੀਂ ਕਹਿਣਾ। ਇਕਤਾਲੀਵਾਂ ਹੁਕਮ ਜਿਸ ਕਰ ਕਿਸੇ ਦਾ ਹਿਰਦਾ ਦੁਖਦਾ ਹੋਵੇ। ਬਿਆਲੀਵਾਂ ਹੁਕਮ ਦਰਸ਼ਨ ਯਾਤਰਾ ਗੁਰਦੁਆਰਿਆਂ ਦੀ ਹੀ ਕਰਨੀ। ਤਰਤਾਲੀਵਾਂ ਹੁਕਮ ਬਚਨ ਕਰਕੇ ਪਾਲਣਾ। ਚੁਤਾਲੀਵਾਂ ਹੁਕਮ ਅਤਿਥੀ ਪਰਦੇਸੀ ਲੋੜਵੰਦ ਦੁਖੀ ਅਭੰਗ ਮਨੁੱਖ ਮਾਤਰ ਦੀ ਯਥਾ ਸ਼ਕਤ ਸੇਵਾ ਕਰਨੀ। ਪੰਤਾਲੀਵਾਂ ਹੁਕਮ ਪੁੱਤਰੀ ਦਾ ਧਨ ਵਿਖ ਕਰਕੇ ਜਾਣਨਾ। ਛਿਆਲੀਵਾਂ ਹੁਕਮ ਸਵਾਂਗੀ ਦਿਖਾਵੇ ਦਾ ਸਿੱਖ ਨਹੀਂ ਬਣਨਾ। ਸੰਤਾਲੀਵਾਂ ਹੁਕਮ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣੀ। ਅੜਤਾਲੀਵਾਂ ਹੁਕਮ ਚੋਰੀ ਜਾਰੀ ਠੱਗੀ ਧੋਖਾ ਦਗਾ ਨਹੀਂ ਕਰਨਾ। ਉਹ ਨੰਜਵਾਂ ਹੁਕਮ ਹੈ ਸਿੱਖ ਦੂਜੇ ਸਿੱਖਾਂ ਦਾ ਇਤਬਾਰ ਕਰੇ। ਪੰਜਾਹਵਾਂ ਹੁਕਮ ਹੈ ਝੂਠੀ ਗਵਾਹੀ ਕਦੇ ਵੀ ਨਹੀਂ ਦੇਣੀ। ਇਕਵੰਜਾ ਹੁਕਮ
ਦਰੋਗ ਨਹੀਂ ਕਰਨਾ, ਦਰੋਗ ਨਹੀਂ ਕਹਿਣਾ, ਝੂਠ ਨਹੀਂ ਕਹਿਣਾ। 52ਵਾਂ ਹੁਕਮ ਹੈ ਲੰਗਰ ਪ੍ਰਸ਼ਾਦ ਇੱਕ ਰਸ ਵਰਤਾਉਣਾ। ਇਤਨੀਆਂ ਹੀ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ, ਕਥਾ ਕਰਦਿਆਂ ਪਾਠ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।